ਇਨੀਸ਼ੀਅਲ ਸਟੇਜਿਸ ਹੁੰਦੀ ਹੈ ਕਿ ਜਿਸ ਲਈ ਤੁਹਾਡੀ ਬੋਡੀ ਚ ਇੰਬੈਲੈਂਸ ਚੀਜ਼ਾਂ ਹੁੰਦੀਆਂ ਨੇ ਕੈਲਸ਼ੀਅਮ ਅਗਰ ਘਟੇ ਘਟੇਗਾ ਤੇ ਕੈਲਸ਼ੀਅਮ ਵੱਧ ਜਾਂਦਾ ਤੇ ਮੈਗਨੀਸ਼ੀਅਮ ਘਟ ਜਾਂਦਾ ਇਹ ਜਿਹੜੇ ਇੰਬੈਲੈਂਸ ਹੁੰਦੇ ਨੇ ਇਹਦਾ ਮਤਲਬ ਹੈ ਕਿ ਤੁਹਾਡੇ ਬਲੱਡ ਵਿੱਚ ਕਈ ਚੀਜ਼ਾਂ ਇੰਬੈਲੈਂਸ ਹੋਦੀ ਪਈਆਂ ਨੇ ਤੇ ਇਹਦਾ ਡਾਇਰੈਕਟ ਇਫੈਕਟ ਹਾਰਟ ਦੇ ਨਾਲ ਵੀ ਹੁੰਦਾ ਵੀ ਫੀਲਿੰਗ ਆ ਦੀਸ ਜਿਹੜੀ ਡਾਇਬੀਟਿਸ ਵਾਲਿਆਂ ਨੂੰ ਇਨਸੂਲਿਨ ਜਿਸ ਲਈ ਜ਼ਿਆਦਾ ਹੋ ਜਾਂਦੀ ਹੈ ਤੁਹਾਡੇ ਪੈਰ ਜਲਦੀ ਥੱਕ ਜਾਂਦੇ ਨੇ ਟਾਈਡ ਹੋ ਜਾਂਦੇ ਨੇ ਤੇ ਜਾਂ ਫਿਰ ਅੱਖਮੀ ਜੀ ਕਹਦੇ ਅੱਖਮੀ ਜੀ ਹੁੰਦੀ ਹੈ ਨਾ ਤੇ ਇਦਾਂ ਲੱਤਾਂ ਵਿੱਚ ਵੀ ਕਈਆਂ ਨੂੰ ਰੈਸ ਚੰਚੰਦ ਕਰ ਦਿਆ ਨਹੀਂ ਜੇ ਤੁਸੀਂ ਇਦਾਂ ਕੋਈ ਚੀਜ਼ ਖਾ ਲੋਗੇ ਉਹਨੇ ਤੁਹਾਡੀ ਬਾਡੀ 'ਚ ਕਿੱਥੇ ਅਸਰ ਕਰਨਾ ਹੈ ਜਾਂ ਕਿੱਥੇ ਜਾ ਕੇ ਕੋਈ ਚੀਜ਼ ਬਲੌਕ ਕਰਨੀ ਹੈ ਇੱਕ ਚੀਜ਼ ਠੀਕ ਕਰਦੇ ਚਾਰ ਚੀਜ਼ਾਂ ਹੋਰ ਖਰਾਬ ਕਰ ਦੇ ਤੇ ਬੈਟਰ ਹੈ ਕਿ ਆਪਣੇ ਤੁਸੀਂ ਟੈਸਟ ਕਰਾਓ ਤੇ ਉਹਦੇ ਨਾਲ ਬਿਮਾਰੀ ਲੱਭੋ ਕਿ ਅਸਲੀ ਕਾਰਨ ਕੀ ਹੈ ਜਿੱਦਾਂ neck stiffness ਹੁੰਦੀ ਹੈ ਸ਼ੋਲਡਰ ਦਾ ਦਰਦ ਹੁੰਦੀ ਹੈ ਹੈਨਾ ਕਿ ਇਹਦੀ ਬੈਕ ਦੁਖਦੀ ਹੈ ਇਹਦੇ ਹਾਲਤ ਵਿੱਚ ਤੁਹਾਡਾ ਸਭ ਦਾ ਨਿੱਘਾ ਸਵਾਗਤ ਕਰਦੇ ਕੋਈ ਡਾਕਟਰ ਨਿਸ਼ਾ ਜੀ ਦਾ ਸਵਾਗਤ ਕਰਦੇ ਆ ਤੇ ਉਹਨਾਂ ਤੋਂ ਪੁੱਛਦੇ ਆ ਕਿ ਸਾਡੀ ਬਾਡੀ ਦੇ ਵਿੱਚ ਜਿਹੜੀਆਂ ਪੇਨਸ ਹੁੰਦੀਆਂ ਜਾਂ ਜਿਹੜੀ ਕਿਹੜੀ ਹਾਲਾੜਦਿਆ ਉਹਦਾ ਕੀ ਕਰਨਾ ਡਾਕਟਰ ਸਾਹਿਬ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਔਰ ਪ੍ਰੋਗਰਾਮ ਦੇਖਣ ਵਾਲਿਆਂ ਨੂੰ ਨਿੱਗੀ ਜਈ ਸਤਿ ਸ਼੍ਰੀ ਅਕਾਲ ਨਮਸਕਾਰ ਜੀ ਡਾਕਟਰ ਸਾਹਿਬ ਵੀ ਕਈ ਵਾਰੀ ਨਾ ਦਰਦ ਵੀ ਨਹੀਂ ਹੁੰਦਾ ਪੈਰਾਂ 'ਚ ਪਰ ਕੀ ਹੁੰਦੀਆਂ ਕੀੜੀਆਂ ਆਉਣ ਲੱਗ ਜਾਂਦੀਆਂ ਲੱਤਾਂ 'ਚ ਨਾੜਾ ਚੜਨ ਲੱਗ ਜਾਂਦੀਆਂ ਕਰੀਲਾ ਚੜਨ ਲੱਗ ਜਾਂਦੀਆਂ ਉਹਦਾ ਕੀ ਕਾਰਨ ਹੈ ਪੰਜਾਬੀ 'ਚ ਕਹਿੰਦੇ ਉਹਨੂੰ ਚਰਨ ਚਰਨ ਕਰਦੇ ਚਰਨ ਚਰਨ ਕਰਦੇ ਨੇ ਮੈਨੂੰ ਕਾਫੀ ਸਮਝ ਲੱਗ ਗਈ ਹੈ ਜਿਸ ਕਿਉਂਕਿ ਕੰਪਲੇਨਰ ਵੀ ਕਾਫੀ ਕਰਦੇ ਰਹਿੰਦੇ ਕਿ ਇਦਾਂ ਹੁੰਦਾ ਹੈ ਕਿ ਕਿਉਂਕਿ ਇਨੀਸ਼ੀਅਲ ਸਟੇਜਿਸ ਹੁੰਦੀ ਹੈ ਕਿ ਜਿਸ ਲਈ ਤੁਹਾਡੀ ਬੋਡੀ 'ਚ ਇੰਬੈਲੈਂਸ ਚੀਜ਼ਾਂ ਹੁੰਦੀਆਂ ਨੇ ਜਿੱਦਾਂ ਮੈਂ ਕਹਿੰਦਾ ਕੈਲਸ਼ੀਅਮ ਅਗਰ ਘਟੇ ਘਟੇਗਾ ਕੈਲਸ਼ੀਅਮ ਵੱਧ ਜਾਂਦਾ ਤਾਂ ਮੈਗਨੀਸ਼ੀਅਮ ਘਟ ਜਾਂਦਾ ਜੇ ਤੁਹਾਡੀ ਬੋਡੀ 'ਚ ਸੋਡੀਅਮ ਘਟਦਾ ਤਾਂ ਪੋਟਾਸ਼ੀਅਮ ਵੱ ਬੈਲੈਂਸ ਹੁੰਦੇ ਨੇ ਇਹਦਾ ਮਤਲਬ ਹੈ ਕਿ ਤੁਹਾਡੇ ਬਲੱਡ ਵਿੱਚ ਕਈ ਚੀਜ਼ਾਂ ਇੰਬੈਲੈਂਸ ਹੋਦੀ ਪਈਆਂ ਨੇ ਚੀਜ਼ਾਂ ਦੀ ਘਾਟ ਹੁੰਦੀ ਆ ਬਲੱਡ ਸਰਕੂਲੇਸ਼ਨ ਪ੍ਰੋਪਰ ਨਹੀਂ ਹੁੰਦਾ ਪਿਆ ਤੇ ਇਹਦਾ ਡਾਇਰੈਕਟ ਇਫੈਕਟ ਹਾਰਟ ਦੇ ਨਾਲ ਵੀ ਹੁੰਦਾ ਓਕੇ ਜੇ ਪੈਰਾਂ ਦੀ ਚੀਜ਼ਾਂ ਹੁੰਦੀਆਂ ਨੇ ਤੇ ਕਈ ਵਾਰ ਬਰਨਿੰਗ ਫੀਲਿੰਗ ਉਹ ਜਿਹੜੀ ਡਾਇਬੀਟਿਸ ਵਾਲਿਆਂ ਨੂੰ ਇਨਸੂਲਿਨ ਜਿਸ ਲਈ ਜ਼ਿਆਦਾ ਹੋ ਜਾਂਦੀ ਹੈ ਤੇ ਬਰਨਿੰਗ ਫੀਲਿੰਗ ਹੁੰਦੀ ਹੈ ਤੇ ਜਾਂ ਫਿਰ ਜਿਦਾਂ ਤੁਹਾਡੇ ਪੈਰ ਜਲਦੀ ਥੱਕ ਜਾਂਦੇ ਨੇ ਟਾਇਰਡ ਹੋ ਜਾਂਦੇ ਨੇ ਤੇ ਜਾਂ ਫਿਰ ਅਛਮੀ ਜਿਹੀ ਕਹਦੇ ਅਛਮੀ ਜੀ ਹੁੰਦੀ ਹੈ ਨਾ ਤੇ ਇਦਾਂ ਹੀ ਲੱਤਾਂ ਵਿੱਚ ਵੀ ਕਈਆਂ ਨੂੰ ਰੈਸਟਲੈਸ ਨਰਮ ਕਹਿੰਦੇ ਨੇ ਕਿ ਜਿੱਦਾਂ ਲੱਤਾਂ ਵਿੱਚ ਚਰਨ ਚੰਦ ਕਰਦੀਆਂ ਨੇ ਉਹਦੇ ਲਈ ਕੋਈ ਗੋਲੀ ਖਾਣੀ ਚਾਹੀਦੀ ਹੈ ਕਿ ਨਹੀਂ ਉਹਦਾ ਕਾਰਨ ਲੱਭਣਾ ਚਾਹੀਦਾ ਕਾਰਨ ਨਹੀਂ ਲੱਭਣਾ ਚਾਹੀਦਾ ਕਿਉਂਕਿ ਮੈਂ ਦੇਖੋ ਹਮੇਸ਼ਾ ਹੁੰਦਾ ਕਿ ਦੇਖੋ ਕਈ ਹੁੰਦੇ ਆ ਅੱਜਕੱਲ੍ਹ ਦੇਖੋ ਇੰਨਾ ਕੁਝ ਮਾਰਕੀਟ ਚ ਚੱਲਦੇ ਨਾ ਆਨਲਾਈਨ ਕਿੰਨੇ ਲੋਕੀ ਦਵਾਈਆਂ ਇੱਧਰ ਉੱਧਰ ਮਗਾਉਂਦੇ ਨੇ ਪਰ ਇਹ ਨਹੀਂ ਦੇਖਦੇ ਕਿ ਟੈਸਟ ਕਰਾ ਕੇ ਕਿ ਮੇਰੀ ਬਾਡੀ ਜੀ ਕਿਸ ਚੀਜ਼ ਦੀ ਘਾਟ ਹੈ ਕਿਉਂਕਿ ਅਗਰ ਦੇਖੋ ਇਹ ਇੰਬੈਲੈਂਸ ਹੀ ਗੱਲ ਕਰਦੇ ਹਾਂ ਤੇ ਜੇ ਤੁਸੀਂ ਇਦਾਂ ਕੋਈ ਚੀਜ਼ ਖਾ ਲੋਗੇ ਉਹਨੇ ਤੁਹਾਡੀ ਬਾਡੀ 'ਚ ਕਿੱਥੇ ਅਸਰ ਕਰਨਾ ਹੈ ਜਾਂ ਕਿੱਥੇ ਜਾ ਕੇ ਕੋਈ ਚ ਕਰਦੇ ਚਾਰ ਚੀਜ਼ਾਂ ਹੋਰ ਖਰਾਬ ਕਰ ਦੇਣੀਆਂ ਨੇ ਤੇ ਬੈਟਰ ਹੈ ਕਿ ਆਪਣੇ ਤੁਸੀਂ ਟੈਸਟ ਕਰਾਓ ਤੇ ਉਹਦੇ ਨਾਲ ਬਿਮਾਰੀ ਲੱਭੋ ਕਿ ਅਸਲੀ ਕਾਰਨ ਕੀ ਹੈ ਜਿੱਦਾਂ neck stiffness ਹੁੰਦੀ ਹੈ ਸ਼ੋਲਡਰ ਦਾ ਦਰਦ ਹੁੰਦੀ ਹੈ ਹੈਨਾ ਕਿਈ ਦੀ ਬੈਕ ਦੁਖਦੀ ਹੈ ਕਿਈ ਕਹਿੰਦੇ ਸਿਰਦਰਦ ਹੁੰਦੀ ਰਹਿੰਦੀ ਹੈ ਹਾਂ ਤੇ ਕਈਆਂ ਦੇ ਸੁੱਤੇ ਆ ਮੈਂ ਰਾਤ ਨੂੰ ਜੋ ਸਵੇਰੇ ਉੱਠਦੇ ਆ ਤੇ ਕੋਈ ਨਾ ਕੋਈ ਪਾਸਾ ਜੁਵੇ ਨਾ ਨਾ ਬੋਇਆ ਪਿਆ ਹਾਂ ਹਾਂ ਸਟਿਫਨ ਸਟਿਫਨੈਸ ਹੁੰਦੀ ਕਿਈ ਕਹਿੰਦੇ ਸੀ ਫੋਨ ਫੜਨੇ ਤੇ ਜਿਆਦਾ ਦੇਰ ਗੱਲ ਕਰੀ ਤੇ ਹੱਥ ਦੁਖਣ ਲੱਗ ਜਾਂਦਾ ਜਾਂ ਤੇ ਇਹ ਜਾਂ ਗੋਡੇ ਦੇ ਪਿੱਛੇ ਜਿਹੜੀ ਆ ਚਪਨੀਆਂ ਹੁੰਦੀਆਂ ਨੇ ਉੱਥੇ ਦਰਦ ਹੋਣਾ ਸ਼ੁਰੂ ਜਾਂਦਾ ਤੇ ਸੁੱਤੇ ਦੇ ਕੇ ਦੇ ਲੱਤਾਂ ਜਿਹੜੀਆਂ ਨੇ ਦਰਦ ਹੁੰਦੀਆਂ ਘਿਰਲਾ ਪੈ ਜਾਂਦੀਆਂ ਇਹ ਸਾਰੇ ਇੰਡੀਕੇਸ਼ਨ ਦਿੰਦੀਆਂ ਕਿ ਤੁਹਾਡੀ ਬਾਡੀ ਚ ਚੀਜ਼ਾਂ ਦੀ ਜਿਹੜੀ ਘਾਟ ਜਾਂ ਇੰਬੈਲੈਂਸ ਹੁੰਦਾ ਪਿਆ ਇੰਬੈਲੈਂਸ ਹੋ ਗਿਆ ਤੇ ਇਹਦਾ ਪ੍ਰੋਬਲਮ ਪਤਾ ਕੀ ਹੁੰਦੀ ਹੈ ਬਲੱਡ ਸਰਕੂਲੇਸ਼ਨ ਦੀ ਹੁੰਦੀ ਹੈ ਪਰ ਇਹਦਾ ਇਫੈਕਟ ਸਿੱਧੇ ਹਾਰਟ ਦੇ ਉੱਤੇ ਵੀ ਹੁੰਦਾ ਹੈ ਬਹੁਤ ਅੱਛਾ ਹਾਰਟ ਬੀਟ ਫਾਸਟ ਹੋ ਜਾਂਦੀ ਹੈ ਪੈਲਪਿਟੇਸ਼ਨ ਹੋਣਾ ਸ਼ੁਰੂ ਹੋ ਜਾਂਦਾ ਹੈ ਹਾਰਟ ਨੂੰ ਜ਼ੋਰ ਦੇਣਾ ਪੈਂਦਾ ਪੰਪ ਕਰਨ ਲਈ ਖੂਨ ਨੂੰ ਸਾਰਾ ਭਜਾਣੇ ਲਈ ਭਜਾਣੇ ਲਈ ਇੱਕ ਕਹਿੰਦੇ ਹੁੰਦੇ ਸੋਡੀਅਮ ਘਟ ਜਾਂਦਾ ਜਾਂ ਮੈਗਨੀਸ਼ੀਅਮ ਘਟ ਜਾਂਦਾ ਉਹ ਕੀ ਹੈ ਸੋਡੀਅਮ ਜਿਸਲੇ ਤੁਹਾਡਾ ਘਟਦਾ ਤੇ ਸ ਕੇ ਜਿਵੇਂ ক্যালসিয়াম ਵੱਧਦਾ ਕਿਉਂਕਿ ਤੁਸੀਂ ਦੇਖੋ ਨਾ ਬੰਨਸੋ ਜੀ ਹਰ ਘਰ ਕੋਈ ਕਹਿੰਦੇ ক্যালসিয়াম ਦੀ ਗੋਲੀਆਂ ਖਾਣਾ ਸ਼ੁਰੂ ਕਰ ਦਿੱਤੀਆਂ ਪਰ ਉਹ ਨਵੀਂ ਸਟੱਡੀ ਇਹ ਕਹਿੰਦੀ ਕਿ ক্যালসিয়াম ਦੇ ਨਾਲ ਤੁਹਾਡੀਆਂ ਨਾੜੀਆਂ ਹਾਰਟ ਹੋ ਜਾਂਦੀਆਂ ਸੌਰੀ ਹਾਰਟ ਦੀਆਂ ਜਿਹੜੀਆਂ ਨਾੜੀਆਂ ਨੇ ਉਹ ਹਾਰਡ ਹੋ ਜਾਂਦੀਆਂ ਤੇ ਇਵਨ ਕਿ ਹਾਰਟ ਅਟੈਕ ਦਾ ਰਿਸਕ ਉਹਦੇ ਨਾਲ ਵੀ ਵੱਧ ਜਾਂਦਾ ਹੈ ক্যালসিয়াম ਖਾਣਾ ক্যালসিয়াম ਜੇ ਤੁਸੀਂ ਜਿਆਦਾ ਖਾਂਦੇ ਹੋ ਕਿਉਂਕਿ ਤੁਹਾਡੇ ਅੰਦਰ ਲੇਅਰ ਬ੍ਰਿਡਲ ਹੋ ਜਾਂਦੀਆਂ ਬ੍ਰਿਟਲ ਦੀਆਂ ਕਰੜੀਆਂ ਹੋ ਜਾਂਦੀਆਂ ਨੇ ਹੈਨਾ ਤੇ ਖੂਨ ਵੀ ਜਲੇ ਕਰਦੇ ਬਲੀਡਿੰਗ ਹੋ ਸਕਦੀ ਹੈ ਕਿਤੇ ਵੀ ਤੇ ਫਿਰ ਜਿਨ੍ਹਾਂ ਨੂੰ ক্যালসিয়াম ਦੀ ਘਾਟ ਆ ਤੇ ਉਹ ਉਹ ਕੀ ਕਰਨ ਫਿਰ ক্যালসিয়াম ਦੀ ਘਾਟ मोस्टली ਮੈਂ ਦੇਖਿਆ ਜਿਆਦਾ ਬਣਦਾ ਓਕੇ ਉਹਨਾਂ ਨੂੰ ਹੁੰਦਾ ਜੇ ਤੁਹਾਡਾ ਐਸਿਡ ਬੰਨਾ ਠੀਕ ਹੋ ਜਾਏਗਾ ਤੇ ਕੈਲਸ਼ੀਅਮ ਜਿਹੜਾ ਹੱਡੀਆਂ ਚੋਂ ਨਿਕਲਣਾ ਘੱਟ ਜਾਏਗਾ ਓਕੇ ਕਿ ਕੈਲਸ਼ੀਅਮ ਹੱਡੀਆਂ ਚ ਸਟੋਰ ਹੁੰਦਾ ਹੈ ਇਹ ਸੈਮੀਨਾਰ ਚ ਜਿਆਦਾ ਜਾਣਕਾਰੀ ਦੇਾਂਗੇ ਕਿਉਂਕਿ ਇਸੇ ਵਾਸਤੇ ਸੈਮੀਨਾਰ ਆਸੀ ਰੱਖਦੇ ਪਿਆ ਸਾਰੀ ਚੀਜ਼ ਅੱਜ ਨਹੀਂ ਦੱਸਣੀ ਅੱਜ ਹਾਂਜੀ ਸੋ ਅਗਲੀ ਵੀਕ ਕੇ 4 ਤਰੀਕ ਨੂੰ 4 ਮਾਰਚ ਨੂੰ ਵੈਂਕੂਵਰ ਵਾਲੇ ਤਿਆਰ ਹੋ ਜਾਓ ਤੁਹਾਡੇ ਸ਼ਹਿਰ ਦੇ ਵਿੱਚ ਸੈਮੀਨਾਰ ਹੋਣ ਜਾ ਰਿਹਾ ਜਿਹਦੇ ਵਿੱਚ ਹਰ ਗੱਲ ਦੀ ਡਿਟੇਲ ਹੋਵੇਗੀ 3-4 ਘੰਟੇ ਦਾ ਸੈਮੀਨਾਰ ਆ ਤੁਸੀਂ ਜਿੰਨੇ ਮਰਜੀ ਸਵਾਲ ਚਾਹੋ ਪੁੱਛ ਸਕਦੇ ਹੋ ਤੁਸੀਂ ਬਹੁਤ ਧਿਆ ਸਾਰੀ ਚੀਜ਼ਾਂ ਬਾਰੇ ਗੱਲਬਾਤ ਹੋਏਗੀ ਤੁਹਾਡੇ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ ਜਿਹੜੇ ਕਿ ਫ੍ਰੀ ਕਾਸਟ ਆ ਕੋਈ ਵੀ ਉਹਦੀ ਕਾਸਟ ਨਹੀਂ ਹੈਗੀ ਬਟ ਬੁਕਿੰਗ ਜਰੂਰ ਕਰ ਲਓ ਨਹੀਂ ਤਾਂ ਤੁਹਾਨੂੰ ਦਰਵਾਜੇ ਤੋਂ ਮੁਰਨਾ ਪੈ ਸਕਦਾ ਜੇ ਅੰਦਰ ਸੀਟਾਂ ਨਹੀਂ ਹੋਈਆਂ ਤਾਂ ਫਿਰ ਤੁਸੀਂ ਅੰਦਰ ਬਹਿ ਨਹੀਂ ਸਕਦੇ ਕਿਉਂਕਿ ਲਿਮਟਿਡ ਸੀਟਾਂ ਹੀ ਨੇ ਤੇ ਫੋਨ ਚੱਕੋ ਫੋਨ ਘੁਮਾਓ ਤੇ ਆਪਣਾ ਸੈਮੀਨਾਰ ਕਰੋ ਤੇ ਕੋਲੀਵਰ ਵਾਲਿਆਂ ਲਈ ਵੀ ਕੁਝ ਖਬਰ ਆ ਕਿ 4 ਤੇ 5 ਨੂੰ ਤਾਂ ਇੱਥੇ ਹੀ ਆ ਸਰੀ ਦੇ ਵਿੱਚ 5 ਨੂੰ ਆ 4 ਨੂੰ ਵੈਂਕੂਵਰ ਚ ਪਰ 올ਿਵਰ ਵੀ ਆ ਰਹੇ ਨੇ 25 ਤੋਂ ਬਾਅਦ ਪਰ ਹਲੇ ਡੇਟ ਦਾ ਨਹੀਂ ਪਤਾ ਅਸੀਂ ਆਪਣੇ ਪ੍ਰੋਗਰਾਮ ਚੜਾ ਕਿ 11 ਤੋਂ ਬਾਅਦ ਹੋਏਗਾ ਉਹਦੇ ਵਿੱਚ ਤੁਹਾਨੂੰ ਡਿਟੇਲ ਦੱਸ ਦਾਂਗੇ ਵੀ ਕਦੋਂ ਇਹ ਪਹੁੰਚ ਰਹੇ ਨੇ 올ਿਵਰ ਵੀ ਆ ਇਸੇ ਕਰਕੇ ਕਿ 올리버 ਵਾਲੇ ਵਾਸੇ ਵੀ ਜਿਹੜੇ ਅਲੀ ਸੁਣਦੇ ਪਏ ਨੇ ਔਰ ਰਜਿਸਟ੍ਰੇਸ਼ਨ ਕਰਵਾਉਗੇ ਤਾਂ ਕਿ ਤੁਸੀਂ ਰਜਿਸਟ੍ਰੇਸ਼ਨ ਕਰਾ ਲਓ ਉਹਦੀ ਡਿਟੇਲ ਸੈਮੀਨਾਰ ਦੀ ਜਾਣਕਾਰੀ ਜਿਹੜੀ ਆ ਉਹ ਅਸੀਂ ਦੱਸਾਂਗੇ ਜਰੂਰ ਪਰ ਤੁਸੀਂ ਆਉਣਾ ਜਰੂਰ ਆ ਤੁਸੀਂ ਜਾਣਾ ਜਰੂਰ ਆ ਚਾਰਾ ਪੱਕਾ ਹੈ ਜਾਣਾ ਜਰੂਰ ਹੈ ਤੇ ਸੈਮੀਨਾਰ ਉੱਥੇ ਹੋਏਗਾ ਉੱਥੇ ਵੀ ਕਰ ਲੋ ਔਰ ਜਿਹੜੀ ਸਰੀ ਤੇ ਬੈਂਕੁਰ ਵਾਲੇ ਨੇ ਉਹ ਤੇ ਤੁਸੀਂ ਲੋਕ ਲਓ ਤੁਸੀਂ ਕਰ ਲੋ ਜਰੂਰ ਪਹੁੰਚੋ ਔਰ ਜਿਹੜੀਆਂ ਚੀਜ਼ਾਂ ਤੁਹਾਡੇ ਘਾਟ ਹੈ ਜਿਹੜੀ ਤੁਹਾਡੀ ਪ੍ਰੋਬਲਮ ਹੈ ਜਿਹੜੀ ਤੁਸੀਂ ਟੈਸਟ ਵਿੱਚ ਨਹੀਂ ਆਉਂਦੇ ਪਏ ਉੱਥੇ ਆਉਂਦੇ ਪਏ ਤੁਹਾਡੇ ਸਵਾਲ ਜਿਹੜੇ ਸਾਰੇ ਉੱਥੇ ਵਧੀਆ ਤਰੀਕੇ ਨਾਲ ਦਿਆਂਗੇ ਤੁਸੀਂ ਫੋਨ ਚੱਕੋ ਫੋਨ ਖਵਾਓ ਤੇ ਆਪਣੀ ਰਜਿਸਟ੍ਰੇਸ਼ਨ ਕਰਾਓ ਰਜਿਸਟ੍ਰੇਸ਼ਨ ਕਰਵਾ ਲਓ ਸੋ ਅੱਜ ਕਰਦੇ ਆ ਕਿ ਅੱਜ ਦੀ ਜਾਣਕਾਰੀ ਜਿਹੜੀ ਹੈ ਕਿ ਤੁਹਾਡੇ ਲੱਤਾਂ ਪੈਰਾਂ ਦੇ ਵਿੱਚ ਦਰਦ ਹੈ ਜੋ ਝੰਡਾ ਤਾਂ ਉਹ ਕੈਲਸ਼ੀਅਮ ਵੱਜ ਜਾਂਦੀ ਹੈ ਜਾਂ ਸੋਡੀਅਮ ਦਾ ਮੈਗਨੀਸ਼ੀਅਮ ਦਾ ਉਹਦੇ ਨਾਲ ਤੁਹਾਨੂੰ ਸਟ्रेस ਹੋ ਸਕਦੀ ਆ ਉਹਦੇ ਨਾਲ ਹੋਰ ਬੜੀਆਂ ਪ੍ਰੋਬਲਮ ਹੋ ਸਕਦੀਆਂ ਸੋ ਉਹਦੇ ਸਾਰੇ ਕਾਸੇ ਦਾ ਇਲਾਜ ਕੀ ਆ ਉਹਦੀ ਜੜ ਲੱਭਣਾ ਗੋਲੀਆਂ ਨਹੀਂ ਗੋੜੀਆਂ ਇਲਾਜ ਨਹੀਂ ਹੁੰਦਾ ਇੱਕ ਗੱਲ ਜ਼ਰੂਰ ਯਾਦ ਰੱਖਿਓ ਜੜ ਲੱਭਣੀ ਜ਼ਰੂਰ ਇਲਾਜ ਹੁੰਦਾ ਸੋ ਚਲੋ ਇੱਥੇ ਇਜਾਜ਼ਤ ਦਿਓ ਕਿਉਂਕਿ ਟਾਈਮ ਹੋ ਗਿਆ ਮੇਰੇ ਕੋ ਸਮਾਂ ਇੰਨਾ ਨਹੀਂ ਹੁੰਦਾ ਪਰ ਇਹਨਾਂ ਕੋ 4 ਘੰਟੇ ਤੁਹਾਡੇ ਲਈ ਹੈਗੇ ਨੇ 4 ਤੇ 5 ਤਰੀਕ ਨੂੰ ਉਹਦੇ ਲਈ ਫੋਨ ਚੱਕੋ ਫੋਨ ਕਮਾਓ ਤੇ ਆਪਣੀ ਫਾਉਂਮੈਂਟ ਬੁੱਕ ਕਰਾਓ ਡਾਕਟਰ ਨਿਸ਼ਾ ਜੀ ਸੱਚ ਸੇ ਥੈਂਕ ਯੂ